ਜਿਹੜਾ ਭਾਰਤ ਹੈ ਇਹਦੇ ਵਿੱਚ ਮੈਜੋਰਿਟੀ ਕਰੇਸੀ ਹੈ ਡੈਮੋਕ੍ਰੇਸੀ ਨਹੀਂ ਹੈ ਘੱਟ ਗਿਣਤੀਆਂ ਨੂੰ ਕੁੱਟ ਕੇ ਮਾਰ ਕੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਕੇ ਬਹੁ ਗਿਣਤੀ ਦੀਆਂ ਖੁਸ਼ ਕਰਕੇ ਉਹਦੀਆਂ ਵੋਟਾਂ ਲਈਆਂ ਜਾਂਦੀਆਂ ਜਦੋਂ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ ਉਦੋਂ ਇਹਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਅਮਰੀਕਾ ਲਈ ਤਾਂ ਇਹਨੂੰ ਰਿਫਿਊਜ਼ ਕਰ ਦਿੱਤਾ ਹੋਣੀ ਸਤਾਤ ਹਰੀ ਲੀਡਰਸ ਆ ਜਿਹੜੇ ਪੋਲੀਟੀਕਲੀ ਇਲੈਕਟਡ ਆ ਲੇਕਿਨ ਬਹੁਤ ਜ਼ਿਆਦਾ ਵਾਇਓਲੇਸ਼ਨਸ ਕਰ ਰਹੇ ਆ ਹਿਊਮਨ ਰਾਈਟਸ ਦੀ ਉਹਦੇ ਵਿੱਚ ਉਹਨੇ ਮੋਦੀ ਦਾ ਨਾਮ ਵੀ ਆਪਣੀ ਅਮਰੀਕਨ ਗਵਰਨਮੈਂਟ ਨੂੰ ਦਿੱਤਾ ਹੈ ਕਸ਼ਮੀਰ ਤੋਂ ਸੀ ਉਹਨੇ ਕਿਹਾ ਕਿ ਤੁਸੀਂ ਤਾਂ ਇੱਥੇ ਜੇਲ੍ਹਾਂ ਦੀ ਗੱਲ ਕਰਦੇ ਆ ਲੇਕਿਨ ਜਿਹੜਾ ਕਸ਼ਮੀਰ ਆ ਉਹਨੂੰ ਤਾਂ ਸਾਰਾ ਕਸ਼ਮੀਰ ਨੂੰ ਹੀ ਇੱਕ ਜੇਲ੍ਹ ਬਣਾ ਦਿੱਤਾ ਗਿਆ ਕੁਛ ਤਾਂ ਨਹੀਂ ਖਰੀਦ ਲਈ ਆ ਆਲਮੋਸਟ ਇੰਡੀਆ ਦੇ ਜਿਹੜੇ ਮੇਜਰ ਨਿਊਜ਼ਪੇਪਰਸ ਤੇ ਚੈਨਲਸ ਆ ਉਹ ਤਾਂ ਗੋਦੀ ਮੀਡੀਆ ਖਰੀਦ ਲਿਆ ਲੇਕਿਨ ਜੇ ਕੋਈ ਬੋਲਦਾ ਵੀ ਹੈ ਉਹਨੂੰ ਵੀ ਅੰਦਰ ਕਰ ਦਿੱਤਾ ਜਾਂਦਾ ਹੈ ਪ੍ਰਗਿਆ ਦੀ ਵੀ ਫੋਟੋ ਨਾਲ ਲਾਈ ਹੈ ਚੱਕੀ ਚੋਲਦੇ ਅਸੀਂ ਉਹਨੂੰ ਐਨੀ ਮੈਂਬਰ ਪਾਰਲੀਮੈਂਟ ਬਣਾਉਂਦੇ ਆ ਇਹਨਾਂ ਨੂੰ ਦਿੱਲੀ ਦੇ ਇਸ਼ਾਰੇ ਤੇ ਚੱਲਣਾ ਪੈਂਦਾ ਜੇ ਪੰਜਾਬ ਗਵਰਨਮੈਂਟ ਚਾਹੇ ਵੀ ਤਾਂ ਵੀ ਡੀਜੀਪੀ ਸਹਣੀ ਨੂੰ ਨਹੀਂ ਫੜ ਸਕਦੀ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਅੱਜ ਮਨੁੱਖੀ ਅਧਿਕਾਰ ਦਿਵਸਾ ਉਦੇ ਮੱਦੇ ਨਜ਼ਰ ਚੰਡੀਗੜ੍ਹ ਵਿੱਚ ਅੱਜ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਦਲ ਖਾਲਸਾ ਵੱਲੋਂ ਇਹ ਪ੍ਰੋਗਰਾਮ ਸੀ ਗੱਲ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਸਾਡੇ ਨਾਲ ਹਰਚੰਦਰ ਸਿੰਘ ਧਾਮੀ ਨੇ ਜੋ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਮੇਨ ਚੁਣੌਤੀਆਂ ਕੀ ਨੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਤੇ ਮਨੁੱਖੀ ਅਧਿਕਾਰਾਂ ਦਾ ਕਾਣ ਕਿਹੜੀਆਂ ਤਾਕਤਾਂ ਕਰਦੀਆਂ ਨੇ ਧਾਮੀ ਸਾਹਿਬ ਸਵਾਗਤ ਹੈ ਤੁਹਾਨੂੰ ਵੈਗ੍ਰਿਤਿਕਾ ਖਾਲਸਾ ਵੈਗ੍ਰਿਤਿਕੀ ਫਤਿਹ ਪੰਸੋ ਮੇਨ ਚਰਚਾ ਅੱਜ ਇੱਥੇ ਕੀ ਹੋਈ ਮੇਨ ਸਮਾਗਮ ਦੇ ਵਿੱਚ ਮੇਨ ਚਰਚਾ ਇਹ ਹੋਈ ਜਿਹੜਾ ਭਾਰਤ ਹੈ ਜਿਹਨੂੰ ਇਹ ਇੱਕ ਇੰਡੀਅਨ ਸਬਕਾਂਟਿਨੈਂਟ ਹੈ ਇਹਦੇ ਚ ਮੈਜੋਰਿਟੀ ਕਰੇਸੀ ਹੈ ਡੈਮੋਕ੍ਰੇਸੀ ਨਹੀਂ ਹੈ ਜਿਹੜੀ ਇੱਥੇ ਦੀ ਬਹੁ ਗਿਣਤੀ ਹੈ ਉਹਦੀਆਂ ਵੋਟਾਂ ਲੈਣ ਲਈ ਇੱਥੇ ਦੀ ਜਿਹੜੀਆਂ ਸਰਕਾਰਾਂ ਆ ਉਹ ਕੋਈ ਵੀ ਪਾਰਟੀ ਹੋਵੇ ਉਹਨੂੰ ਘੱਟ ਗਿਣਤੀਆਂ ਨੂੰ ਕੁੱਟ ਕੇ ਮਾਰ ਕੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਕੇ ਬੋਗਹਣਤੀ ਦੀਆਂ ਖੁਸ਼ ਕਰਕੇ ਉਹਦੀਆਂ ਵੋਟਾਂ ਲਈਆਂ ਜਾਂਦੀਆਂ ਸੋ ਜਿਹੜੀ ਇੱਥੇ ਘਟ ਗਣਤੀ ਹੈ ਚਾਹੇ ਉਹ ਮੀਜ਼ੋਰਾਮ ਹੋਵੇ ਨਾਗਾਲੈਂਡ ਹੋਵੇ ਕਸ਼ਮੀਰੀਜ਼ ਹੋਣ ਸਿੱਖ ਹੋਣ ਆਦਿਵਾਸੀ ਹੋਣ ਬੇਸ਼ੱਕ ਉਹਨਾਂ ਦੇ ਡਿਫਰੈਂਟ ਆਪਣੇ ਪੋਲੀਟੀਕਲ ਐਸਪੀਰੇਸ਼ਨਸ ਹੋਣ ਲੇਕਿਨ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਹੈ ਉਹ ਸਾਰੀਆਂ ਘਟ ਗਣਤੀਆਂ ਦੇ ਕੁਚਲੇ ਜਾ ਰਹੇ ਉਹ ਸਭ ਸਾਰੀਆਂ ਘਟ ਗਣਤੀਆਂ ਦੇ ਰਿਪਰੈਜ਼ੈਂਟੇਟਿਵ ਅੱਜ ਦਲ ਖਾਲਸਾ ਨੇ ਮੀਟਿੰਗ ਕਨਵਨ ਕੀਤੀ ਸੀ ਇੱਥੇ ਆਏ ਉਹਨੇ ਆਪਣੇ ਆਪਣੇ ਦੁੱਖੜੇ ਦੱਸੇ ਜੋ ਆਪਣੇ ਆਪਣੇ ਉਹਨਾਂ ਤੇ ਜ਼ਿਆਦਤੀਆਂ ਹੋ ਰਹੀਆਂ ਜਿਸ ਜਿਸ ਤਰ੍ਹਾਂ ਉਹਨਾਂ ਦੀਆਂ ਵੋਲੇਸ਼ਨਸ ਹੋ ਰਹੀਆਂ ਉਹਨਾਂ ਦੀ ਐਸਪੀਰੇਸ਼ਨਸ ਦਵਾਈਆਂ ਜਾਂ ਦਵਾਈਆਂ ਜਾ ਰਹੀਆਂ ਉਹਨਾਂ ਦਾ ਜ਼ਿਕਰ ਹੋਇਆ ਔਰ ਉਹਦੇ ਲਈ ਰਿਜ਼ੋਲਵ ਕੀਤਾ ਗਿਆ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਫਾਈਟ ਕਰਨਾ ਚਾਹੀਦਾ ਪਰ ਜਿਹੜੇ ਕੇਂਦਰ ਦੇ ਸੱਤਾਧਾਰੀ ਨੇ ਉਹ ਤਾਂ ਅਕਸਰ ਕਹਿੰਦੇ ਨੇ ਕਿ ਇੰਡੀਆ ਇਜ਼ ਬਿਗ ਡੈਮੋਕਰੇਸੀ ਮਤਲਬ ਵੱਡੀ ਜਮਹੂਰੀਅਤ ਆ ਇੰਡੀਆ ਦੇ ਵਿੱਚ ਤੁਸੀਂ ਕਹਿੰਦੇ ਹੋ ਇੱਥੇ ਜਮਹੂਰੀਅਤ ਹੈ ਨਹੀਂ ਦੇਖੋ ਜਦੋਂ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ ਉਦੋਂ ਇਹਨੇ ਵੀਜ਼ੇ ਲਈ ਅਪਲਾਈ ਕੀਤਾ ਸੀ ਅਮਰੀਕਾ ਲਈ ਤਾਂ ਇਹਨੂੰ ਰਿਫਿਊਜ਼ ਕਰ ਦਿੱਤਾ ਹੋਣੀ ਉਨੀ ਇਹਨੇ ਫਿਰ ਕਿਹਾ ਕਿ ਹੀ ਇਜ਼ ਡੈਮੋਕਰੇਟਿਕਲੀ ਇਲੈਕਟਿਡ ਉਦੋਂ ਦਾ ਸਿਗਾ ਕਿ to be elected democratically ਇਹ ਤੁਹਾਨੂੰ ਕੋਈ ਇਹ ਦਿੰਦਾ ਨਹੀਂ ਪ੍ਰੋਵੀਜ਼ਨ ਨਹੀਂ ਦਿੰਦਾ ਕਿ ਤੁਸੀਂ ਬੰਦਿਆਂ ਨੂੰ ਕਿਲ ਕਰੋ ਉਹਨਾਂ ਦੇ ਹਿਊਮਨ ਰਾਈਟਸ ਦੀ ਵੋਲੇਸ਼ਨਸ ਕਰੋ ਲੇਕਿਨ ਹੁਣ ਇਹ ਪ੍ਰਾਈਮ ਮਿਨਿਸਟਰ ਬਣ ਗਿਆ ਹੈ ਪ੍ਰਾਈਮ ਮਿਨਿਸਟਰ ਨੂੰ ਅਥਰਾਇਜ਼ ਹੁੰਦਾ ਉਹ ਕਿਤੇ ਵੀ ਜਾ ਸਕਦਾ ਅਮਰੀਕਾ ਵੀ ਜਾਂਦਾ ਹੈ ਲੇਕਿਨ ਹੁਣ ਇਹ ਜਿਹੜੀ ਯੂ ਐਸ ਦੀ ਹੋਮ ਡਿਪਾਰਟਮੈਂਟ ਹੈ ਉਹਨੇ ਆਪਣੀ ਗਵਰਨਮੈਂਟ ਨੂੰ ਇੱਕ ਰਿਪੋਰਟ ਦਿੱਤੀ ਹੈ ਉਹਦੇ ਚ ਜਿਹੜੇ ਸਤਤ ਹਰੀ ਲੀਡਰਸ ਆ ਜਿਹੜੇ politically elected ਆ ਲੇਕਿਨ ਬਹੁਤ ਜ਼ਿਆਦਾ ਵਾਇਓਲੇਸ਼ਨਸ ਕਰ ਰਹੇ ਆ ਹਿਊਮਨ ਰਾਈਟਸ ਦੀ ਉਹਦੇ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਮੁਕਾਬਲੇ ਹਾਂਜੀ ਉਹਦੇ ਵਿੱਚ ਉਹਨੇ ਮੋਦੀ ਦਾ ਨਾਮ ਵੀ ਆਪਣੀ ਅਮਰੀਕਨ ਗਵਰਨਮੈਂਟ ਨੂੰ ਦਿੱਤਾ ਸੋ ਇਹ ਬੇਸ਼ੱਕ ਦੁਨੀਆ ਨੂੰ ਪਤਾ ਹੈ ਜੇ ਇੱਥੇ ਹਿਊਮਨ ਰਾਈਟਸ ਦੀਆਂ ਵਾਇਓਲੇਸ਼ਨਸ ਹੋ ਰਹੀਆਂ ਲੇਕਿਨ ਅੱਜਕੱਲ ਜਿਹੜੇ ਬਿਜ਼ਨਸ ਇੰਟਰਸਟ ਹੈ ਉਹ ਓਵਰਟੇਕ ਕਰ ਲੈਂਦੇ ਹਿਊਮਨ ਰਾਈਟਸ ਦੀ ਵਾਇਓਲੇਸ਼ਨਸ ਨੂੰ ਇਸ ਕਰਕੇ ਉਹ ਕੋਈ ਬੋਲ ਨਹੀਂ ਰਿਹਾ ਲੇਕਿਨ ਇਹ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਕੋਈ ਡੈਮੋਕ੍ਰੇਸੀ ਨਾਂ ਦੀ ਚੀਜ਼ ਨਹੀਂ ਹੈ ਇੱਥੇ ਮੈਜੋਰਿਟੀ ਕਰੇਸੀ ਹੈ ਅੱਜ ਜਿਹੜੇ ਬਲਾਰਸ ਸੀ ਵਕ ਵਕ ਉਹਨਾਂ ਬਲਾਰਾ ਨੇ ਆਪਣੀ ਜੋ ਚਰਚਾ ਕੀਤੀ ਮੇਨ ਜੇ ਆਪਾਂ ਸਾਰੰਸ਼ ਕਹਿ ਦਈਏ ਕਿਹੜੀ ਗੱਲ ਮੈਨ ਉੱਪਰ ਕੇ ਸਾਹਮਣੇ ਆਈ ਮੇਨ ਗੱਲ ਇਹ ਹੀ ਉੱਪਰ ਕੇ ਸਾਹਮਣੇ ਆਈ ਕਿ ਸਾਰਿਆਂ ਦੀ ਜਿਹੜੀ ਹਿਊਮਨ ਰਾਈਟਸ ਦੀ ਵਾਇਲੇਸ਼ਨਸ ਹੋ ਰਹੀ ਆ ਹਿਊਮਨ ਰਾਈਟਸ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ ਜਿਸ ਤਰ੍ਹਾਂ ਜੰਮੂ ਕਸ਼ਮੀਰ ਤੋਂ ਆਈ ਸੀ ਉਹ ਕਹਿੰਦੇ ਬਾਕੀ ਸੇਡਸ ਦਾ ਤੁਸੀਂ ਕਹਿੰਦੀਆਂ ਦੀ ਰਿਹਾਈ ਦੀ ਗੱਲ ਕਰਦੇ ਅੱਜ ਜਿਹੜਾ ਅੱਜ ਦਾ ਪ੍ਰੋਗਰਾਮ ਸੀ ਮੇਨਲੀ ਜਿਹੜੇ ਪੋਲਿਟਿਕਲ ਪ੍ਰिजनਰਸ ਐ ਐਸੀ ਕਹਿੰਦੇ ਆ ਕਿ ਜਿਹੜੇ ਸਾਡੇ ਜਿੰਨੇ ਵੀ ਅੰਦਰ ਐ ਹਵਾਰਾ ਜਾਂ ਪੋਲਰ ਜਾਂ ਹੋਰ ਜਿੱਤਨੇ ਐ ਇਹ ਇੱਕ ਆਈਡੀਓਲੋਜੀ ਨੂੰ ਲੜਦੇ ਹੋਏ ਅੰਦਰ ਗਏ ਆ ਇਹ ਨਹੀਂ ਕੋਈ ਕ੍ਰਾਈਮ ਨਹੀਂ ਕੀਤਾ ਸੋ ਇਹ ਦੇ ਆਲ ਆਰ ਪੋਲਿਟਿਕਲ ਪ੍ਰिजनਰਸ ਇਦਾਂ ਹੀ ਤਾਮਿਲਨਾਡੂ ਦੇ ਆ ਨਾਗaland ਦੇ ਆ ਸੋ ਕਹਿੰਦੇ ਇਹਨਾਂ ਨੂੰ ਪੋਲਿਟਿਕਲ ਪ੍ਰਿਜ਼ਨਰਸ ਵਾਂਗੂ ਟਰੀਟ ਕਰਨਾ ਚਾਹੀਦਾ ਉਹ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਔਰ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਔਰ ਜਿਹੜਾ ਜੰਮੂ ਕਸ਼ਮੀਰ ਤੋਂ ਸੀ ਉਹਨੇ ਕਿਹਾ ਕਿ ਤੁਸੀਂ ਤਾਂ ਇੱਥੇ ਜੇਲ੍ਹਾਂ ਦੀ ਗੱਲ ਕਰਦੇ ਆਂ ਲੇਕਿਨ ਜਿਹੜਾ ਕਸ਼ਮੀਰ ਆ ਉਹਨੂੰ ਤਾਂ ਸਾਰਾ ਕਸ਼ਮੀਰ ਨੂੰ ਹੀ ਇੱਕ ਜੇਲ੍ਹ ਬਣਾ ਦਿੱਤਾ ਗਿਆ ਔਰ ਅਸੀਂ ਤਿੰਨ ਚਾਰ ਸਾਲ ਤੋਂ ਸਾਹ ਵੀ ਨਹੀਂ ਲੈ ਰਹੇ ਉਹਨਾਂ ਦੇ ਤਾਂ ਜਿਹੜੇ ਜਰਨਲਿਸਟ ਹੈ ਜੀ ਉਹਨਾਂ ਨੇ ਇਨਾਮ ਵੀ ਲੈਣਾ ਹੁੰਦਾ ਨੂੰ ਵਰਲਡ ਜਿਹੜੀਆਂ ਹੈਗੀਆਂ ਪ੍ਰੈਸ ਫੋਲੋਅਜਾ ਹੋਰ ਨਿਊਜ਼ ਹੈਗੇ ਆ ਉਹ ਆਨਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਵੀ ਫੜ ਕੇ ਜਰਨਲਿਸਟ ਨੂੰ ਵੀ ਅੰਦਰ ਦਿੱਤਾ ਜਾ ਰਿਹਾ ਸੋ ਪ੍ਰੈਸ ਦੀ ਜਿਹੜੀ ਕੁਸ਼ਤਾ ਨਹੀਂ ਖਰੀਦ ਲਈ ਆ ਆਲਮੋਸਟ ਇੰਡੀਆ ਦੇ ਜਿਹੜੇ ਮੇਜਰ ਨਿਊਜ਼ਪੇਪਰ ਚੈਨਲਸ ਆ ਉਹ ਤਾਂ ਗੋਦੀ ਮੀਡੀਆ ਖਰੀਦ ਲਿਆ ਲੇਕਿਨ ਜੀ ਕੋਈ ਬੋਲਦਾ ਵੀ ਹੈ ਉਹਨੂੰ ਵੀ ਅੰਦਰ ਕਰ ਦਿੱਤਾ ਜਾਂਦਾ ਪੰਜਾਬ ਦੇ ਵਿੱਚ ਜਿਹੜਾ 25 ਤੋਂ 30 ਹਜ਼ਾਰ ਜਿਹੜੇ ਨੌਜਵਾਨ ਝੁੱਠੇ ਮੁਕਾਬਲੇ ਵਿੱਚ ਖਤਮ ਕੀਤੇ ਸੀ ਉਹਦੀ ਹੁਣ ਕੁਝ-ਕੁਝ ਸਜ਼ਾਵਾਂ ਮਿਲਣ ਲੱਗੀਆਂ ਨੇ ਕੁਸਪੁਰਸ ਵਾਲੇ ਅੰਦਰ ਹੋਣ ਲੱਗੇ ਨੇ ਥੋੜੀ ਗਿਣਤੀ ਦੇ ਵਿੱਚ ਪੰਜਾਬ ਦੇ ਮਾਹੌਲ ਬਾਰੇ ਵੀ ਕੋਈ ਗੱਲ ਹੋਈ ਨਹੀਂ ਸਾਰੀਆਂ ਗੱਲਾਂ ਹੋਈਆਂ ਜੀ ਔਰ ਜਿਹੜੀ ਤੁਸੀਂ ਕਹਿੰਦੇ ਸਜ਼ਾ ਇਹ ਤੇ ਇੱਕ ਆਈ ਵਾਸ਼ੀ ਆ ਜੀ ਦੇਖੋ ਤੁਸੀਂ ਇਹਨਾਂ ਨੂੰ ਇੱਧਰ ਰੀਲੀਸ ਨਹੀਂ ਕਰ ਰਹੇ ਜਿਹਨੇ ਪ੍ਰਗਿਆ ਦੀ ਫੋਟੋ ਨਾਲ ਲਾਈ ਹੈ ਜੱਕੀ ਚੋਲਦੇ ਸੀ ਉਹਨੂੰ ਐਨੀ ਮੈਂਬਰ ਪਾਰਲੀਮੈਂਟ ਬਣਾਉਂਦੇ ਆ ਜਿਹੜਾ ਸਮਝੌਤਾ ਐਕਸਪ੍ਰੈਸ ਕਾਂਡ ਹੋਇਆ ਸੀ ਉਹਦੇ ਚ ਜਿਹੜੀ ਇਹਨਾਂ ਦੀ ਜਥੇਬੰਦੀ ਸੀ ਅਪਮਾਨ ਅਪਮਾਨ ਪਹਾਰਤ ਐਨਾ ਕੁਛ ਹੈ ਆਰਐਸਐਸ ਦੀ ਇੱਕ ਵਿੰਗ ਹੈ ਉਹਦੇ ਬੰਦੇ ਸਾਰੇ ਰੀਲੀਜ਼ ਕਰ ਦਿੱਤੇ ਈਵਨ ਜਿਹੜਾ ਕਿਸ਼ੋਰੀ ਲਾਲ ਹੈ ਜਿਹਨੂੰ ਬੱਚਰ ਆਫ ਤ੍ਰਲੋਕਪੁਰੀ ਕਿਹਾ ਜਾਂਦਾ ਜਿਹਨੇ ਦਿੱਲੀ ਚ ਬਹੁਤ ਕਤਲੇਆਮ ਕੀਤਾ ਸੀ ਉਹਨੂੰ 12 ਸਾਲ ਬਾਅਦ ਰੀਲੀਜ਼ ਕਰ ਦਿੱਤਾ ਕਿ ਇਹਦਾ ਚਾਲ ਚੱਲਣਾ ਬਹੁਤ ਵਧੀਆ ਹੈ ਉਹਨੂੰ ਪੰਜ ਫਾਂਸਕਿਆਂ ਗਿਆ ਸੀ ਫਿਰ ਉਹਨਰ ਕੈਦ ਕੀਤੀ ਐਂਡ ਆਫਟਰ 12 ইয়ারਸ ਹੀ ਵਾਸ ਰਿਲੀਜ਼ਡ ਇਦਾਂ ਹੀ ਆ ਜਿਹੜਾ ਹੁਣ ਹੋਇਆ ਬਿਲਕੁਲ ਸਮਾਨੋ ਦਾ ਕੇਸ ਹੈ ਉਹਦੇ ਦੇਖੋ ਸਾਰੇ ਜਿਹੜੇ 11 ਸੀਗੇ ਉਹ ਰਿਲੀਜ਼ ਕੀਤੇ ਔਰ ਕਿਹਾ ਗਿਆ ਕਿ ਕਿਉਂਕਿ ਬ੍ਰਾਹਮਣ ਸੀਗੇ ਜਿਹੜਾ ਬ੍ਰਾਹਮਣ ਹੈ ਮਨੁਸਮ੍ਰਿਤੀ ਚ ਲਿਖਿਆ ਹੈ ਕਿ ਉਹ ਕਤਲ ਨਹੀਂ ਕਰ ਸਕਦਾ ਜੇ ਉਹ ਕਤਲ ਵੀ ਕਰੇ ਤਾਂ ਰਾਜੇ ਦਾ ਫਰਜ਼ ਮੰਨਦਾ ਹੈ ਕਿ ਉਹਨੂੰ ਰਿਲੀਜ਼ ਕਰ ਦਿੱਤਾ ਜਾਵੇ ਇਹ ਉਹਨਾਂ ਦੇ ਲੀਡਰਸ ਦੀ ਸਟੇਟਮੈਂਟ ਸੀ ਸੋ ਇੱਥੇ ਤਾਂ ਇੱਕ ਅਧਿਕਾਰਾਂ ਤੇ ਮਨੁੱਖ ਸਮਰੱਥੀ ਪਰ ਹੋ ਗਈ ਜਿਹੜਾ ਇਹ ਹੁਣ ਇੱਕ ਇਹ ਵੀ ਗੱਲ ਹੋਈ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਕਹਿੰਦੇ ਆ ਇਹ ਕੋਈ ਇਟਸ ਨੋਟ ਗੋਇੰਗ ਟੂ ਬੀ ਯੂਨੀਫਾਰਮ ਸਿਵਲ ਕੋਡ ਇਹ ਇੱਕ ਇੱਕ ਹਿੰਦੂ ਕੋਡ ਹੋਏਗਾ ਜਿਹੜਾ ਸਾਰੀਆਂ ਘੱਟ ਗੰਡੀਆਂ ਦੇ ਕਲਚਰ ਉਹਨਾਂ ਦਾ ਸਭਿਆਚਾਰ ਉਹਨਾਂ ਦੀ ਬੋਲੀ ਉਹਨਾਂ ਦੇ ਜਿਹੜੀਆਂ ਆਸਥਾ ਆ ਧਾਰਮਿਕ ਉਹਨਾਂ ਨੂੰ ਵੀ ਕੁਚਲਣ ਦੀ ਇੱਕ ਤਿਆਰੀ ਹੋ ਰਹੀ ਹੈ ਇਹਦੇ ਸਾਡੇ ਆਪਣੇ ਆ ਪੰਜਾਬ ਦੀ ਗੱਲ ਕਰ ਲਈ। ਅਕਾਲੀ ਦਲ ਨੇ ਜਦੋਂ ਸਰਕਾਰ ਬਣੀ ਸੁਮੇਸ਼ ਸਿੰਘ ਸੈਣੀ ਨੂੰ ਟੌਪ ਦੀ ਕੁਰਸੀ ਤੇ ਬਿਠਾਤਾ। ਪੰਜਾਬ ਪੁਲਿਸ ਦਾ ਮੁਖੀ ਲਾਤਾ। ਜਦ ਕਿ ਉਹ ਤੋਂ ਪਹਿਲਾਂ ਵੀ ਮਕਾਦਮੇ ਚੱਲਦੇ ਸੀ। ਆਮ ਬਦਨਾਮ ਸੀ ਸੈਣੀ ਕਿ ਮੁੰਡਿਆਂ ਨੂੰ ਨਜਾਇਜ਼ ਹਰਸਤ ਚੋਂ ਕੱਢ ਕੇ ਮਾਰਦਾ। ਅਮਰਿਕ ਸਿੰਘ ਕੌਲੀ ਨੂੰ ਵੀ ਇੱਥੇ ਚੰਡੀਗੜ੍ਹ ਵਿੱਚ ਉਸੇ ਨੇ ਖਤਮ ਕੀਤਾ ਸੀ। ਇਹਦੇ ਬਾਰੇ ਕੀ ਕਹਿਣਾ ਕੋਈ ਚਰਚਾ ਹੋਈ? ਨਹੀਂ ਇੱਕ ਪਾਰਟਿਕੂਲਰ ਸੈਣੀਵਾਰੇ ਨਹੀਂ ਹੋਈ। ਲੇਕਿਨ ਬਾਰੇ ਮਤਲਬ ਜੋ ਅਕਾਲੀ ਦਲ ਨੇ ਅਕਾਲੀ ਦਲ ਨੇ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ। ਜੋ ਗਲਤ ਬੰਦਿਆਂ ਨੂੰ ਕੁਰਸੀਆਂ ਦੇ ਬਿਠਾਇਆ ਉਹਦੇ ਬਾਰੇ ਨਹੀਂ ਦੇਖੋ ਜਿਹੜੀ ਪੰਜਾਬ ਦੇ ਲੋਕਾਂ ਨੇ ਇਸ ਇਹਨਾਂ ਦੇ ਪ੍ਰੋਮਿਸਸਸ ਨੇ ਇਹਨਾਂ ਨੂੰ ਸੱਤਾ 'ਚ ਲਿਆਂਦਾ ਸੀ ਕਿ ਜਿਹੜੀਆਂ ਜਿਆਤੀਆਂ ਹੋਈਆਂ ਉਹਦਾ ਜਸਟਿਸ ਲੋਕਾਂ ਨੂੰ ਦੋਣਗੇ ਲੇਕਿਨ ਜਦੋਂ ਇਹਨਾਂ ਨੇ ਬਿਲਕੁਲ ਜਿਹੜੀ ਬਾਦਲ ਸਾਹਿਬ ਦੀ ਹੋਂ ਉਹ ਗੱਲਾਂ ਛੱਡੋ ਜੀ ਪ੍ਰਾਣੀਆਂ ਗੱਲਾਂ ਰਹਿਣ ਦੇ ਉਹ ਜੋ ਇਹਦਾ ਸਟਾਈਲ ਹੈ ਵੱਡੇ ਦਾ ਜਾਂ ਛੋਟੇ ਦਾ ਉਹਦੀ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਬਕ ਸਿਖਾ ਦਿੱਤਾ ਸੋ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਕਿ ਹੁਣ ਅਸੀਂ ਕਹੀਏ ਲੋਕਾਂ ਨੇ ਇਹਨਾਂ ਨੂੰ ਜੀ ਕਹਿੰਦੇ ਹੁੰਦੇ ਆਰਸ਼ ਤੋਂ ਫਰਸ਼ ਤੇ ਲਿਆ ਦਿੱਤਾ ਅਜੇ ਹੋਰ ਦੇਖੋ ਕੀ ਕਰਦੇ ਇਹਨਾਂ ਦਾ ਸੋ ਇਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਉਹਦੀ ਸਜ਼ਾ ਭੁਗਤ ਰਹੇ ਔਰ ਹੁਣ ਉਹ ਤਦ ਹੀ ਤਰਲੋ ਮੱਛੀ ਹੋ ਰਹੇ ਆ ਥੋੜੀ ਬਹੁਤ ਆਪਣੀ ਪਹਿਲਾਂ ਕੈਪਟਨ ਮਨਿੰਦਰ ਸਿੰਘ ਦਾ ਜਦੋਂ ਰਾਜ ਰਿਹਾ ਸਾਢੇ 4 ਸਾਲ ਉਦੋਂ ਜੋ ਆਪਾ ਬੜੇ ਲੱਗੇ ਸੀ ਨੌਜਵਾਨਾਂ ਤੇ ਕੁਝ ਨੌਜਵਾਨਾਂ ਨੂੰ ਲਿਟਰੇਚਰ ਮਿਲਿਆ ਸੀ ਕਿਤਾਬਾਂ ਉਹਨਾਂ ਤੇ ਕੋਈ ਪਾਬੰਦੀ ਵੀ ਨਹੀਂ ਸੀ ਉਸ ਕਾਰਨ ਵੀ ਉਹਨਾਂ ਤੇ ਮਤਲਬ ਕੇਸ ਚਲਾਤੇ ਕੀ ਕਹਿਣਾ ਕਿ ਬਿਲਕੁਲ ਹੀ ਕੈਪਟਨ ਦੇ ਰਾਜ 'ਚ ਵੀ ਇੱਥੇ ਕਾਨੂੰਨ ਹੁੰਦਾ ਰਿਹਾ ਮਨੁੱਖੀ ਅਧਿਕਾਰਾਂ ਦਾ ਕੈਪਟਨ ਦਾ ਰਾਜ ਜਿਤ ਰਾਜ ਕੋਈ ਵੀ ਹੋਵੇ ਜੀ ਉਹ ਤਾਂ ਜਿਹੜਾ ਵੀ ਰਾਜ ਹੈ ਇੱਥੇ ਜਿਹੜੇ ਜਿਸ ਤਰ੍ਹਾਂ ਹੁੰਦੇ ਵਜੀਦ ਦਿੱਲੀ ਦੇ ਜਿਹੜੇ ਨਵਾਬ ਹੈ ਇਹਨਾਂ ਨੂੰ ਦਿੱਲੀ ਦੇ ਇਸ਼ਾਰੇ ਤੇ ਚੱਲਣਾ ਪੈਂਦਾ ਜੇ ਪੰਜਾਬ ਗਵਰਨਮੈਂਟ ਚਾਹੇ ਵੀ ਤਾਂ ਵੀ ਡੀਜੀਪੀ ਸਹਣੀ ਨੂੰ ਨਹੀਂ ਫੜ ਸਕਦੀ ਉਹ ਡੀਜੀਪੀ ਫੇਰ ਕਿਸੇਗਾ ਤੁਸੀਂ ਦੇਖੋ ਇਹਨਾਂ ਨੇ ਇਹਨਾਂ ਨੇ ਫੜਨ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਉੱਥੋਂ ਦਿੱਲੀ ਵਾਲਿਆਂ ਨੇ ਉਹਦੇ ਕਹਿ ਦਿੰਦੇ ਆ ਸੋ ਇਹ ਇਹਨਾਂ ਦੇ ਆਪਣੇ ਬਲੂ ਵਾਈਟ ਕਾਪ ਜਿਹਨੂੰ ਕਹਿੰਦੇ ਉਹ ਹੈਗੇ ਆ ਇਹ ਜਿਨ੍ਹਾਂ ਤੋਂ ਨਹੀਂ ਜਿਆਦਤੀਆਂ ਕਰਵਾਈਆਂ ਸੈਂਟਰ ਦੇ ਕਹਣ ਤੇ ਜਾਂ ਇਹ ਇਹ ਕਦੀ ਵੀ ਇਹਨਾਂ ਨੂੰ ਕੁਝ ਨਹੀਂ ਹੋਊਗਾ ਠੀਕ ਹੈ ਸ਼ੁਕਰੀਆ ਸੋ ਤੁਸੀਂ ਸੁਣੀ ਚਰਚਾ ਜੋ ਅੱਜ ਇੱਥੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜੋ ਸੈਮੀਨਾਰ ਹੋਇਆ ਜਿੱਥੇ-ਜਿੱਥੇ ਵੀ ਮਨੁੱਖੀ ਅਧਿਕਾਰਾਂ ਦਾ ਕਹਨ ਹੁੰਦਾ ਉਸ ਸਟੇਟਾਂ ਦੇ ਜਿਹੜੇ ਹੈਗੇ ਆ ਬੁਲਾਰੇ ਨੇ ਆਪਣੇ ਵਿਚਾਰ ਰੱਖੇ ਇਹਨਾਂ ਦਾ ਕਹਿਣਾ ਹੈ ਕਿ ਡੈਮੋਕ੍ਰੇਸੀ ਨੂੰ ਬਿਲਕੁਲ ਇੱਥੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਸੋ ਦੇਖਦੇ ਆਉਣ ਵਾਲੇ ਸਮੇਂ ਦੌਰਾਨ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਕਾਣ ਕਰਨ ਵਾਲਾਂ ਤੇ ਕੀ ਕੋਈ ਕਾਰਵਾਈ ਹੋਏਗੀ ਕੀ ਮਨੁੱਖੀ ਅਧਿਕਾਰਾਂ ਦਾ ਕਾਣ ਰੁਕੇਗਾ ਜਾਂ ਨਹੀਂ ਇਹ ਤੇ ਸਾਡੀ ਨਜ਼ਰ ਰਹੇਗੀ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ